वाहिगुरु जी का खालसा वाहिगुरु जी की फतेह। अणमोल विचार चैनल विच तुहाडा स्वागत है। अपनी अज दी वीडियो दा विषय है साडे घर दा मुख दरवाजा, साडे घर दा मेन गेट अते साडे घर दी बरकत। क्योंकि आपां अक्सर ही अपने बजुर्गां दे मुंहों इह गल सुनी आ कि जिन्ना घरां दे मुख दरवाजे की साफ सफाई हुंदी आ, जिन्ना घरां दे मुख दरवाजे दे अगे साफ सफाई करके पानी छिड़किया जांदा है, पानी डोलिया जांदा है, उन्हां घरां दे विच हमेशा बरकतां रहिंदियां ने। अते इह वी कहा जांदा है कि जिन्ना घरां दे मुख दरवाजे अमृत वेले दे विच खुल जांदे ने, उन्हां घरां दे विच धन अते अन्न दे भंडार हमेशा भरे रहिंदे ने, उत्थे बरकतां खुशियां आप वास करदियां ने। तां इह क्यों कहा जांदा है? साडे घर दे पैसे, साडे घर दी बरकत, साडे घर दीआं खुशियां दा संबंध साडे घर दे मुख दरवाजे दे नाल क्यों आ? इह सारी गल्लबात आपां अज दी वीडियो दे विच करनी आ। इस करके अज दी वीडियो नूं पूरा अंत तक ध्यान दे नाल जरूर सुनना, क्योंकि अज दी वीडियो दे विच जो गल्लबात आपां करन जा रहे हां ना, ਇਹ ਸਾਡੇ ਰੋਜ਼ਾਨਾ ਹੀ ਕੰਮ ਆਉਣ ਵਾਲੀ ਗੱਲ ਆ। ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਦੇਖੋ ਜੀ, ਆਪਾਂ ਨਾ ਅਕਸਰ ਹੀ ਆਪਣੇ ਘਰ ਦੇ ਬਜ਼ੁਰਗਾਂ ਤੋਂ ਜਾਂ ਆਪਣੇ ਆਸ ਪਾਸ ਤੋਂ ਇਹ ਗੱਲ ਸੁਣੀ ਹੋਵੇਗੀ। ਬਚਪਨ ਦੇ ਵਿੱਚ ਨਾਨਾ ਨਾਨੀ ਜੀ ਜਾਂ ਫਿਰ ਦਾਦਾ ਦਾਦੀ ਜੀ ਤੋਂ ਕਈਆਂ ਨੇ ਇਹ ਕਹਾਣੀ ਸੁਣੀ ਹੋਵੇਗੀ ਕਿ ਲਕਸ਼ਮੀ ਜੀ ਅਤੇ ਦਲਿੱਦਰਤਾ ਸਵੇਰੇ ਸਵੇਰੇ ਇਸ ਧਰਤੀ ਦੇ ਉੱਤੇ ਆਉਂਦੇ ਨੇ ਅਤੇ ਦੋਵੇਂ ਹੀ ਹਰ ਘਰ ਦੇ ਅੱਗੇ, ਹਰ ਦਰਵਾਜ਼ੇ ਦੇ ਅੱਗੋਂ ਦੀ ਲੰਘਦੇ ਨੇ। ਅਤੇ ਕਹਿੰਦੇ ਜਿਸ ਘਰ ਦੀ ਸਾਫ ਸਫਾਈ ਹੁੰਦੀ ਆ, ਜਿਸ ਘਰ ਦੇ ਜੀ ਅੰਮ੍ਰਿਤ ਵੇਲੇ ਦੇ ਵਿੱਚ ਉੱਠੇ ਹੁੰਦੇ ਨੇ, ਉਸ ਘਰ ਦੇ ਵਿੱਚ ਲਕਸ਼ਮੀ ਜੀ ਵਾਸ ਕਰ ਜਾਂਦੇ ਨੇ, ਉਸ ਘਰ ਦੇ ਵਿੱਚ ਲਕਸ਼ਮੀ ਜੀ ਚਲੇ ਜਾਂਦੇ ਨੇ। ਅਤੇ ਜਿਨ੍ਹਾਂ ਘਰਾਂ ਦੇ ਜੀ ਸੁੱਤੇ ਪਏ ਹੁੰਦੇ ਨੇ ਉਹਨਾਂ ਘਰਾਂ ਦੇ ਵਿੱਚ ਦਲਿੱਦਰਤਾ ਚਲੇ ਜਾਂਦੀ ਆ। ਜਿੱਥੇ ਲਕਸ਼ਮੀ ਜੀ ਜਾਂਦੇ ਨੇ ਉੱਥੇ ਉਹ ਆਪਣਾ ਜਾ ਕੇ ਪ੍ਰਭਾਵ ਦਿਖਾਉਂਦੇ ਨੇ। ਕਹਿੰਦੇ ਉਸ ਘਰ ਨੂੰ ਲਕਸ਼ਮੀ ਜੀ ਸੁੱਖ ਸਹੂਲਤਾਂ ਦੇ ਨਾਲ, ਖੁਸ਼ੀਆਂ ਦੇ ਨਾਲ, ਬਰਕਤਾਂ ਦੇ ਨਾਲ ਭਰ ਦਿੰਦੇ ਨੇ। ਅਤੇ ਜਿਸ ਘਰ ਦੇ ਵਿੱਚ ਦਲਿੱਦਰਤਾ ਗਈ ਉਹ ਦਲਿੱਦਰਤਾ ਆਪਣਾ ਪ੍ਰਭਾਵ ਦਿਖਾਉਂਦੀ ਆ, ਉਹ ਘਰ ਦੇ ਜੀਆਂ ਨੂੰ ਹੋਰ ਦਲਿੱਦਰੀ ਬਣਾ ਦਿੰਦੀ ਆ, ਉਸ ਘਰ ਦੇ ਵਿੱਚ ਬਿਮਾਰੀ, ਕਲੇਸ਼, ਲੜਾਈ, ਝਗੜਾ ਵੱਧ ਜਾਂਦਾ ਹੈ। ਕਿਉਂਕਿ ਦੋਵਾਂ ਨੇ ਆਪੋ ਆਪਣਾ ਪ੍ਰਭਾਵ ਦਿਖਾਉਣਾ ਹੈ। ਜਿੱਥੇ ਲਕਸ਼ਮੀ ਜਾਵੇਗੀ ਭਾਵ ਕਿ ਜਿੱਥੇ ਪੈਸਾ ਜਾਵੇਗਾ ਉੱਥੇ ਆਪਣੇ ਆਪ ਹੀ ਸੁੱਖ ਸਹੂਲਤਾਂ ਆਉਣਗੀਆਂ, ਅਤੇ ਜਿੱਥੇ ਦਲਿੱਦਰਤਾ ਜਾਵੇਗੀ ਦਲਿੱਦਰਤਾ ਦੇ ਨਾਲ ਬਿਮਾਰੀ ਨੇ ਤਾਂ ਆਉਣਾ ਹੀ ਆਉਣਾ ਹੈ, ਦਲਿੱਦਰਤਾ ਦੇ ਨਾਲ ਕਲੇਸ਼ ਦਾ ਵੀ ਪੂਰਾ ਸੰਬੰਧ ਆ। ਤਾਂ ਇਸ ਕਰਕੇ ਕਹਿੰਦੇ ਇਹ ਦੋਵੇਂ ਆਪੋ ਆਪਣਾ ਪ੍ਰਭਾਵ ਉਹਨਾਂ ਘਰਾਂ ਦੇ ਵਿੱਚ ਵਿਖਾਉਂਦੀਆਂ ਨੇ ਜਿਨ੍ਹਾਂ ਘਰਾਂ ਦੇ ਵਿੱਚ ਜਾਂਦੀਆਂ ਨੇ, ਅਤੇ ਜਾਂਦੀਆਂ ਵੀ ਇੱਕ ਲਕਸ਼ਮੀ ਜੀ ਜਾਂਦੀ ਆ ਸਾਫ਼ ਸਫਾਈ ਵਾਲੇ ਘਰ ਜਿਹੜੇ ਅੰਮ੍ਰਿਤ ਵੇਲੇ ਉੱਠੇ ਹੁੰਦੇ ਆ, ਅਤੇ ਦਲਿੱਦਰਤਾ ਜਾਂਦੀ ਹੈ ਜਿਹੜੇ ਲੋਕ ਸੁੱਤੇ ਪਏ ਹੁੰਦੇ ਆ। ਤਾਂ ਇਹ ਆਪਾਂ ਬਜ਼ੁਰਗਾਂ ਦੇ ਮੂੰਹੋਂ ਜਾਂ ਆਪਣੇ ਆਸ ਪਾਸ ਤੋਂ ਇਹ ਕਹਾਣੀ ਸੁਣੀ, ਕਦੇ ਸੋਚਿਆ ਕਿ ਇਹ ਕਹਾਣੀ ਸੁਣਾਉਣ ਦੇ ਪਿੱਛੇ ਸਾਡੇ ਬਜ਼ੁਰਗਾਂ ਦਾ ਕੀ ਮਕਸਦ ਸੀ? ਕਿਉਂਕਿ ਸਾਡੇ ਬਜ਼ੁਰਗ ਜੋ ਵੀ ਸਾਨੂੰ ਕਥਾ ਕਹਾਣੀਆਂ ਸੁਣਾਉਂਦੇ ਨਾ, ਉਹਨਾਂ ਦੇ ਪਿੱਛੇ ਮਕਸਦ ਹੁੰਦਾ ਹੈ। ਉਹ ਸਾਨੂੰ ਕਿਸੇ ਚੰਗੇ ਪਾਸੇ ਲਾਉਣਾ ਚਾਹੁੰਦੇ ਆ, ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੰਗੀ ਆਦਤ ਨੂੰ ਸ਼ਾਮਿਲ ਕਰਨਾ ਚਾਹੁੰਦੇ ਨੇ। ਇਸੇ ਕਰਕੇ ਹੀ ਉਹ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ, ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਚੰਗੀਆਂ ਆਦਤਾਂ ਦੇ ਨਾਲ ਜੋੜਦੇ ਨੇ। ਅਤੇ ਇਹ ਕਹਾਣੀ ਵੀ ਹੋ ਸਕਦਾ ਹੈ ਸਾਨੂੰ ਇਸੇ ਕਰਕੇ ਹੀ ਸੁਣਾਉਂਦੇ ਹੋਣ ਕਿ ਅਸੀਂ ਉੱਦਮੀ ਬਣੀਏ, ਅਸੀਂ ਮਿਹਨਤੀ ਬਣੀਏ, ਅਸੀਂ ਅੰਮ੍ਰਿਤ ਵੇਲੇ ਦੇ ਨਾਲ ਜੁੜੀਏ। ਕਿਉਂਕਿ ਜਿਹੜਾ ਬੰਦਾ ਉੱਦਮੀ ਆ ਉਹੀ ਅੰਮ੍ਰਿਤ ਵੇਲੇ ਉੱਠੇਗਾ, ਜਿਹੜਾ ਬੰਦਾ ਮਿਹਨਤੀ ਆ ਉਹੀ ਅੰਮ੍ਰਿਤ ਵੇਲੇ ਉੱਠੇਗਾ। ਅੰਮ੍ਰਿਤ ਵੇਲੇ ਉੱਠ ਕੇ ਆਪਣੇ ਕੰਮਾਂ ਕਾਰਾਂ ਨੂੰ ਸਹੀ ਸਮੇਂ 'ਤੇ ਕਰ ਲਵੇਗਾ। ਇਸੇ ਕਰਕੇ ਹੀ ਅੰਮ੍ਰਿਤ ਵੇਲੇ ਦੇ ਨਾਲ ਆਪਣੇ ਘਰ ਦੀ ਬਰਕਤ, ਆਪਣੇ ਘਰ ਦੀ ਖੁਸ਼ੀ ਨੂੰ ਜੋੜਿਆ ਜਾਂਦਾ ਹੈ। ਅਤੇ ਸਾਫ਼ ਸਫਾਈ ਦਾ ਵੀ ਸਭ ਨੂੰ ਪਤਾ ਹੈ ਕਿ ਜਿਸ ਘਰ ਦੇ ਵਿੱਚ ਸਾਫ਼ ਸਫਾਈ ਰਹਿੰਦੀ ਹੈ ਜਾਂ ਜੋ ਮਨੁੱਖ ਆਪਣੇ ਆਪ ਦੀ ਸਾਫ਼ ਸਫਾਈ ਰੱਖਦੇ ਨੇ ਉਹ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਚੁਸਤ ਤੰਦਰੁਸਤ ਰਹਿੰਦੇ ਨੇ, ਅਤੇ ਆਪਣੇ ਕੰਮਾਂ ਕਾਰਾਂ ਨੂੰ ਵੀ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਨਿਬੇੜ ਲੈਂਦੇ ਆ। ਇਸੇ ਕਰਕੇ ਹੀ
अपने घर दी अपनी खुद दी साफ सफाई अते अमृत वेले उठन बरकत दे नाल जोड़िया जांदा है, क्योंकि उद्यमी अते मेहनती लोग ही अपनी जिंदगी दे विच खुश रहिंदे ने, क्योंकि वह अपने मेहनत करके हर एक वो चीज़ नूं हासिल कर लेंदे ने जिन्हों वो प्राप्त करना चाहते हैं। अते दूसरी गल है कि जदों आपां अमृत वेले उठदे आ उठदिया सार अपने दिन की शुरुआत उस वाहिगुरु अकाल पुरख जी दे नाम तो करदे आ साढ़े हर एक काम दे विच बरकत पैंदी आ, क्योंकि साढ़े सिर दे उत्ते सतगुरु सच्चे पातशाह दा मेहर भरिया हाथ आ जांदा है। इस करके आपां अमृत वेले उठना है, इस कहानी नूं इस गल नूं इसे नजरिए दे नाल देखना है कि साढ़े बुजुर्गां ने सानूं अमृत वेले दे नाल जोड़न दे लई सानूं उद्यमी अते मेहनती बनाउण दे लई इह गल समझाई आ, अते असीं अपने बुजुर्गां दी दस्सी हुई इह गल अपने पल्ले मननी आ अपने घर दे विच लागू करनी आ, तां देखना साढ़े घर दे विच वी बरकतां खुशियां जरूर वास करनगियां। कदे वी अपने आप नूं दलिद्री नहीं बनाउणा, जरा जिन्ना वी आलस जां सुस्ती आउंदी आ ना साढ़े शरीर नूं नाल दी नाल चुकन्ने होना चाहीदा है कि इह कम साढ़े नाल क्यों हो रिहा है, ये आलस ये सुस्ती मेरे उत्ते आई क्यों आ। जल्दी नाल अपने आप दे विच पड़चोल करो कि किते मेरी कोई खाण पीण दी गलत आदत करके तां मेरा शरीर आलसी नहीं बन रहा, जां फिर मेरे शरीर नूं कोई दुख रोग तां नहीं लग गया उहदे करके मेरे शरीर नूं कोई आलस तां नहीं पै रहा, जां कोई होर गल आ। अपने आप की पड़चोल करनी आ, उहदा कारण लभणा है कि किस कारण करके मेरे उत्ते आलस आया, अते नाल दी नाल ही इस आलस सुस्ती तो छुटकारा पाउणा है, क्योंकि जिंदगी क्योंकि जिस मनुख की जिंदगी दे विच आलस आ गया ना आलस उहदे पल्ले कख नहीं छड्दा। आलसी मनुख कोई भी कम कार सही समय दे उत्ते सही तरीके दे नाल नहीं कर पाउंदे। आलसी मनुख हत्थों आए मौके गवा बैठदे ने फिर पछताउंदे ने, इस करके आपां आलसी नहीं बनना उद्यमी बनना है मेहनती बनना है सतगुरु सच्चे पातशाह दे दित्ते हुए उपदेश दे अनुसार चलना है कि किरत करो नाम जपो ते वंड के छको हत्थी किरत करनी है। काम कार करन दे विच कदे भी शर्म नहीं महसूस करनी चाहीदी, जिन्ना ही आपां इस शरीर तो काम कार करावांगे ना उन्ना ही इह तंदरुस्त नरोआ रहेगा, इस करके आपां हत्थी किरत करनी आ। इह शरीर नूं वेले रखण दी आदत नहीं पाउणी, क्योंकि जदों ही इह शरीर नूं वेले रहण दी आदत पै जांदी आ फिर आलस दलिद्र बीमारियां इहनूं अपने आप ही दबा लैंदियां ने। तां बस अमृत वेले उठणा है, अमृत वेले उठ के सब तों पहलां उस वाहिगुरू अकाल पुरख जी दा नाम जपणा है, पहलां सिमरन मूल मंत्र जी दा जाप, फिर इशनान करन तों बाद पंज बाणियां दा नितनेम। जेकर पंज बाणियां दा नितनेम आपां नहीं करदे तां जपजी साहिब जी दी बाणी जरूर पढ़नी आ। सवेरे उठदिया सार दिन दी शुरुआत जपजी साहिब जी दे पाठ तों हो जावे, शाम नूं रहिरा साहिब दा पाठ हो जावे, अते सौण तों तुरंत पहलां कीर्तन सोहिला साहिब जी दा पाठ कर लईए तां साडी जिंदगी खुशियां दे नाल बरकतां दे नाल भरी रहिंदी आ। साडी जिंदगी दे विच इह आलस दलिद्र दा नां ही नहीं रहिंदा, क्योंकि जदों आपां सवेरे सवेरे उठ के जपजी साहिब जी दी बाणी पढ़दे आं तां फिर साडा तन दे नाल नाल साडा मन वी जाग जांदा है, अते साडी सफलता दे लई तन अते मन दोवां दा जागणा बहुत जरूरी आ। तन नूं तां आपां किसे ना किसे तरीके दे नाल नींद दे विचों उठा लैंदे आं, पर मन उठेगा गुरु दे ज्ञान दे नाल चंगे विचारां दे नाल पॉजिटिव विचारां दे नाल। इस करके आपां अपने मन नूं वी चंगी खुराक देनी है, अपने गुरु का ज्ञान ये भरना है। जिस मन के गुरु का ज्ञान आ गया गुरु के उपदेश के अनुसार आप चलन लग गए साड़ी जिंदगी दे विचों दुख परेशानियां चिंतावां का नाम निशान मुक जाना है, फिर जो चाहवांगे ना उही पा लवांगे। तो फिर अज तो ही अपने आप दे नाल वादा करना है कि मैं आलसी नहीं उद्यमी बनना है, मेहनत करनी है।